ਗੁਰੂਆਂ ਪੀਰਾਂ ਫਕੀਰਾਂ ਦੇਸ਼ ਭਗਤਾਂ ਅਤੇ ਸੂਰਮਿਆਂ ਦੀ ਧਰਤੀ ਪੰਜਾਬ ਅਦੂਸ਼ਿਤ ਪਾਣੀ ਮਿੱਟੀ ਅਤੇ ਹਵਾ ਨਾਲ ਜੂਝ ਰਹੀ ਹੈ ਗੰਦਲੇ ਹੋਏ ਵਾਤਾਵਰਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਔਂਕੜਾਂ ਨੂੰ ਜਨਮ ਦੇ ਦਿੱਤਾ ਹੈ ਜਿਸ ਲਈ ਆਉਣ ਵਾਲੀਆਂ ਨਸਲਾਂ ਸਾਨੂੰ ਮੁਆਫ ਨਹੀਂ ਕਰਨਗੀਆਂ ਜਿੱਥੇ 95% ਲੋਕ ਵਾਤਾਵਰਨ ਨੂੰ ਵਿਗਾੜਨ ਵਿੱਚ ਲੱਗੇ ਹੋਏ ਨੇ ਉੱਥੇ 5% ਲੋਕ ਇਸ ਨੂੰ ਸਵਾਰਨ ਵਿੱਚ ਦਿਨ ਰਾਤ ਆਪਣਾ ਯੋਗਦਾਨ ਪਾ ਰਹੇ ਹਨ ਸੰਤ ਬਲਵੀਰ ਸਿੰਘ ਸੀਚੇਵਾਲ ਵਾਤਾਵਰਨ ਪ੍ਰੇਮੀਆਂ ਦੀ ਸੂਚੀ ਵਿੱਚ ਆਪਣੇ ਵੱਲੋਂ ਪਾਇਵਰਡ ਮੁੱਲੇ ਯੋਗਦਾਨ ਸਦਕਾ ਆ ਸੰਸਾਰ ਪ੍ਰਸਿੱਧੀ ਦੇ ਮਾਲਕ ਹਨ ਅਤੇ ਗਾਹੇ-ਬਗਾਹੇ ਲੋਕਾਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕਰਨ ਨੇ ਅਕਸਰ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਰਹਿੰਦੇ ਹਨ ਵਿਦੇਸ਼ਾਂ ਵਿੱਚ ਜਾ ਵਸੇ ਪੰਜਾਬੀ ਵੀ ਅੱਜ ਪੰਜਾਬ ਦੇ ਗੰਦਲੇ ਹੋ ਰਹੇ ਵਾਤਾਵਰਨ ਤੋਂ ਬਹੁਤ ਚਿੰਤਿਤ ਹਨ ਸੋ ਕੁਝ ਕਾਰਜ ਪ੍ਰਣਾਲੀ ਉਹ ਬਾਹਰਲੇ ਮੂਲਕਾਂ ਵਿੱਚ ਦੇਖ ਰਹੇ ਹਨ ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਵੀ ਲਾਗੂ ਹੋਵੇ ਅਤੇ ਪੰਜਾਬੀਆਂ ਨੂੰ ਰਹਿਣ ਲਈ ਸਵਸਥ ਮਾਹੌਲ ਪੰਜਾਬ ਵਿੱਚ ਵੀ ਨਸੀਬ ਹੋਵੇ ਇਹ ਸੋਚ ਕੇ ਪੈਰਾ ਦਿੰਦੇ ਹੋਏ ਦੁਆਬੇ ਦੀ ਪ੍ਰਸਿੱਧ ਧਾਰਮਿਕ ਹਸਤੀ ਤੰਤਨ ਜੀ ਆਪ ਕਵਲ ਰਾਜਾ ਸਾਹਿਬ ਜੀ ਦੇ ਪਾਵਨ ਧਾਰਮਿਕ ਸਥਾਨ ਰਸੋਖਾਨਾ ਮਜਾਰਾ 9 ਅਬਾਦ ਵਿਖੇ ਸਰਦਾਰ ਚਰਨ ਸਿੰਘ ਗਿੱਲ ਯੂ ਐਸ ਏ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੂੰ ਬੁਲਾਇਆ ਗਿਆ ਤਾਂ ਕਿ ਲੋਕਾਂ ਵਿੱਚ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਜੋਕੇ ਸਮੇਂ ਵਿੱਚ ਰੁੱਖ ਅਤੇ ਕੋਖ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪ੍ਰਦੇਸੀ ਵੀਰ ਸਰਦਾਰ ਚਰਨ ਸਿੰਘ ਗਿੱਲ ਨੇ ਸਰਦਾਰ ਅਫਤਾਰ ਸਿੰਘ ਗੋਵਿੰਦਪ uri ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਦਾਸ ਇਸ ਸਮੇਂ ਅ ਜੀ ਯੂ ਐਸ ਏ ਦੇ ਵਿੱਚ ਕੈਲੀਫੋਰਨੀਆ ਚ ਰਹਿ ਰਹੇ ਹਾਂ ਤੇ ਉੱਥੇ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਸੀਚੇਬਾਲ ਗਏ ਸੀ ਸੰਗਤਨ ਦਰਸ਼ਨ ਕਰਨ ਤੇ ਉੱਥੇ ਵੀ ਇਹਨਾਂ ਨੇ ਇਸ ਜੋ ਵਾਤਾਵਰਨ ਇਸ ਵੇਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਖਰਾਬ ਹੋਇਆ ਇਹਦੀ ਗੱਲ ਕੀਤੀ ਸੀ ਇਹਨਾਂ ਦੇ ਲੈਕਚਰ ਸੁਣਨ ਤੋਂ ਅਸੀਂ ਕਾਫੀ ਪ੍ਰਭਾਵਿਤ ਹੋਏ ਉੱਥੇ ਯੂ ਐਸ ਏ ਦੀ ਸਾਰੀ ਸੰਗਤ ਤੇ ਦਾਸ ਦੇ ਮਨ ਚ ਵੀ ਇਹ ਆਇਆ ਉੱਥੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਜਿਹੜਾ ਵਾਤਾਵਰਨ ਦਾ ਤੁਸੀਂ ਇਹ ਵੀੜਾ ਚੁਕਿਆ ਇਹ ਬਹੁਤ ਵਧੀਆ ਹੈ ਬੜਾ ਸ਼ਲਾਘਾਯੋਗ ਹੈ ਅਸੀਂ ਇਹਦੇ ਦੇ ਵਿੱਚ ਜੋ ਕੁਝ ਵੀ ਯੋਗਦਾਨ ਪਾ ਸਕਦੇ ਹਾਂ ਉਹ ਸੀ ਪਾਵਾਂਗੇ ਇਸ ਬੇਨਤੀ ਨੂੰ ਮੁੱਖ ਰੱਖ ਕੇ ਦਾਸ ਨੇ ਇਹ ਜੋ ਮਹਾਂਪੁਰਖਾਂ ਦਾ ਬ੍ਰह्म ਗਿਆਨੀ ਪੂਰਨ ਬ੍ਰह्म ਗਿਆਨੀ ਸ੍ਰੀ ਨਾਉ ਕੋ ਰਾਜਾ ਸਾਹਿਬ ਜੀ ਦਾ ਤਪੋਸਥਾਨ ਹੈ ਰਜ਼ੋਖਾਨਾ ਮਜਾਰਾ ਰਾਜਾ ਸਾਹਿਬ ਇੱਥੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਵਾਤਾਵਰਨ ਦੇ ਸਬੰਧ ਵਿੱਚ ਤੁਸੀਂ ਸਾਡੇ ਜਿਹੜੇ ਲੋਕ ਹਨ ਉਸ ਤੋਂ ਕਾਫੀ ਅਣਜਾਣ ਹਨ ਉਹਨਾਂ ਨੂੰ ਆਪਾਂ ਜਾਗਰੂਕ ਕਰਨਾ ਹੈ ਤੇ ਇਸ ਵਾਤਾਵਰਨ ਨੂੰ ਜਿਹੜਾ ਹੈ ਸ਼ੁੱਧ ਕਿੱਦਾਂ ਕਰਨਾ ਹੈ ਪਾਣੀ ਨੂੰ ਆਪਾਂ ਕਿੱਦਾਂ ਸ਼ੁੱਧ ਕਰਨਾ ਹੈ ਤੇ ਜਿਹੜੀ ਹਵਾ ਪੋਲੂਟਡ ਹੋ ਗਈ ਹੈ ਇਹਨੂੰ ਆਪਾਂ ਕਿੱਦਾਂ ਸ਼ੁੱਧ ਕਰਨਾ ਹੈ ਇਹਦੇ ਬਾਰੇ ਤੁਸੀਂ ਜ਼ਰੂਰ ਆ ਕੇ ਸੰਗਤਾਂ ਨੂੰ ਦਿਓ ਕਿਉਂਕਿ ਸਾਰਾ ਜਿਹੜਾ ਵਰਲਡ ਹੈ ਇਸ ਵੇਲੇ ਗਲੋਬਲ ਵਾਰਨਿੰਗ ਦੇ ਵਿੱਚ ਫਸਿਆ ਹੋਇਆ ਜਿੱਥੇ ਗਰਮੀ ਪੈਂਦੀ ਹੈ ਉੱਥੇ ਠੰਡ ਪੈ ਰਹੀ ਹੈ ਸੋ ਇਸ ਕਰਕੇ ਇਹ ਇਕੱਲੇ ਹਿੰਦੁਸਤਾਨ ਦਾ ਵੀ ਪ੍ਰੋਬਲਮ ਨਹੀਂ ਇਹ ਸਾਰੇ ਵਰਲਡ ਦੀ ਪ੍ਰੋਬਲਮ ਹੈ ਇਹਨੂੰ ਆਪਾਂ ਹਮਲਾ ਮਾਰਾਂਗੇ ਪਿੰਡ ਪਿੰਡ ਦਾ ਜੋ ਹੈ ਆਪਾਂ ਜੇ ਜ਼ਿੰਮੇਵਾਰੀ ਲੈ ਕੇ ਆਪਾਂ ਇਹ ਹੌਲ-ਹੌਲੀ ਜਿਹੜੇ ਬੂਟੇ ਨਵੇਂ ਲਗਾ ਕੇ ਔਰ ਜਿਹੜੇ ਪੁਰਾਣੇ ਬੂਟੇ ਹਨ ਉਹਨਾਂ ਨੂੰ ਆਪਾਂ ਬਚਾ ਕੇ ਇਹ ਜਿਹੜਾ ਹਵਾ ਜਿਹੜੀ ਆ ਉਹ ਆਪਾਂ ਸ਼ੁੱਧ ਕਰਾਂਗੇ ਇਸ ਦੇ ਨਾਲ ਨਾਲ ਜਿਹੜਾ ਪਾਣੀ ਦੇ ਵਿੱਚ ਪਲੂਟਿਡ ਹੋਇਆ ਕਿਉਂਕਿ ਉਹਦਾ ਵੀ ਕਾਰਨ ਹੈ ਕਿਉਂਕਿ ਅੱਜ ਕੱਲ ਇੰਡਸਟਰੀ ਬਹੁਤ ਆ ਗਈ ਆ ਕੈਮੀਕਲ ਬਹੁਤ ਯੂਜ਼ ਹੋ ਰਹਾ ਹੈ ਨਾ ਉਹਦੇ ਕਰਕੇ ਜਿਹੜਾ ਪਾਣੀ ਹੈਗਾ ਉਹ ਸਾਰੇ ਕੈਮੀਕਲ ਉਹ ਥੱਲੇ ਚਲੇਗਾ ਹਨ ਉਸ ਕਰਕੇ ਇਹ ਪਾਣੀ ਵੀ ਪਲੂਟਿਡ ਹੋ ਗਿਆ ਜਿਹੜੀ ਹਵਾ ਪਲੂਟਿਡ ਹੈ ਕਿਉਂਕਿ ਇੰਡਸਟਰੀ ਬਹੁਤ ਹੈ ਇਸ ਵੇਲੇ ਕਾਰਾਂ ਬਹੁਤ ਹਨ ਟਰੱਕ ਆ ਬਹੁਤ ਹਨ ਸੋ ਇਹਦੇ ਕਰਕੇ ਜਿਹੜੀ ਹਵਾ ਵੀ ਇਸ ਵੇਲੇ ਜਿਹੜਾ ਉਹ ਸਾਡਾ ਗਲੋਬਲ ਵਾਰਮਿੰਗ ਹੋਈ ਹੈ ਉਹਨੂੰ ਆਪਾਂ ਮੁੱਖ ਰੱਖਦੇ ਹੋਏ ਕਿਉਂਕਿ ਸਾਡੇ ਅਮਰੀਕਾ ਦੇ ਵਿੱਚ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਇਕੱਲੇ ਕੈਲੀਫੋਰਨੀਆ ਨੇ ਇਹ ਇੱਕ ਡਿਸੀਜਨ ਲਿਆ ਕੈਲੀਫੋਰਨੀਆ ਗਵਰਨਮੈਂਟ ਨੇ ਕਿ ਜਿਹੜਾ ਵੀ ਕੋਈ ਟਰੱਕ ਜਾਂ ਕੋ ਗੱਡੀ ਧੂਆਂ ਜਿਹੜਾ ਦਿੰਦੀ ਆ ਉਹਨੂੰ ਧੂਆਂ ਰਹਿਤ ਕਰਨੇ ਆ ਉਹਨਾਂ ਨੇ ਇੱਕ ਬਹੁਤ ਵੱਡੇ ਪ੍ਰੋਜੈਕਟ ਇਸ ਲਈ ਬਿਲੀਅਨਸ ਡਾਲਰਸ ਉਹਨੀਆਂ ਤੇ ਇਨਵੈਸਟ ਕੀਤੇ ਆ ਉਹਦੇ ਕਰਕੇ ਜਿਹੜਾ ਆ ਇੱਕ ਕੈਲੀਫੋਰਨੀਆ ਅਸੀਂ ਕਹਿ ਸਕਦੇ ਆ ਕਿ ਸਾਰੇ ਮੁਲਕ ਨੂੰ ਇੱਕ ਲੀਡਿੰਗ ਸਟੇਟ ਹੈਗੀ ਯੂਐਸਏ ਦੀ ਜਿਹਨੂੰ ਦੇਖ ਕੇ ਸਾਰੀਆਂ ਹੋਰ ਸਟੇਟਾਂ ਯੂਐਸਏ ਦੀਆਂ ਨੇ ਔਰ ਵਰਲਡ ਦੇ ਲੋਕਾਂ ਨੇ ਇਹ ਉਪਰਾਲੇ ਕਰਨੇ ਸ਼ੁਰੂ ਕੀਤੇ ਆ ਰਸੋਖਾਨਾ ਵਿਖੇ ਪਹੁੰਚ ਕੇ ਸੰਤ ਬਲਵੀਰ ਸਿੰਘ ਸੀਚੇਵਾਲ ਸਭ ਤੋਂ ਪਹਿਲਾਂ ਰਾਜਾ ਸਾਹਿਬ ਜੀ ਦੇ ਪਾਵਨ ਦਰਬਾਰ ਤੇ ਨਤਮਸਤਕ ਹੋਏ ਅਤੇ ਆਪਣੀ ਸ਼ਰਦਾ ਦਾ ਪ੍ਰਗਟਾਵਾ ਕੀਤਾ ਜਿਸ ਉਪਰੰਤ ਉਹਨਾਂ ਪ੍ਰਬੰਧਕਾਂ ਸਮੇਤ ਜੁਗੋਜੁਗ ਅਟਲ ਸਾਹਿਬ ਜੀ ਗੁਰਗਨ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਉਸ ਸਰਕਾਰਪੁਰਖ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇੱਥੇ ਆਪਣੀ ਫੇਰੀ ਦੌਰਾਨ ਉਹਨਾਂ ਨੇ ਇਲਾਕਾ ਨਿਵਾਸੀਆਂ ਨਾਲ ਵਾਤਾਵਰਣ ਦੀ ਸੰਭਾਲ ਸੰਬੰਧੀ ਕੀਤੇ ਜਾ ਸਕਣ ਵਾਲੇ ਉਪਰਾਹਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ ਅਤੇ ਜਨ ਸਮੂਹ ਨੂੰ ਹਰ ਦਿਨ ਤਿਉਹਾਰ ਅਤੇ ਖੁਸ਼ੀ ਗਮੀ ਦੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਆ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸामਨ ਸੰਭਾਲ ਲਈ ਬਣਾਏ ਗਏ ਕਾਨੂੰਨਾਂ ਦੀ ਸਰਾਹਨਾ ਕਰਦੇ ਹੋਏ ਆਪਣੇ ਮੁਲਕ ਵਿੱਚ ਵੀ ਅਜਿਹਾ ਕੁਝ ਹੋ ਸਕਣ ਦੀਆਂ ਸੰਭਾਵਨਾ ਦੀ ਚਰਚਾ ਕੀਤੀ। ਉਨ੍ਹਾਂ ਨੇ ਜੂਨ ਦੇ ਸੰਵਿਧਾਨਿਕ ਹੱਕ ਦੀ ਰਾਖੀ ਲਈ ਪਹਿਰੇਦੰਦੀ ਲੋੜ ਤੇ ਜ਼ੋਰ ਦਿੱਤਾ। ਸਰਦਾਰ ਚਰਨ ਸਿੰਘ ਗਿੱਲ ਯੂਐਸਏ ਵਾਲਿਆਂ ਨੇ ਪਿੰਡ ਦੇ ਨੌਜਵਾਨਾਂ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਸੋਚ ਤੇ ਪਹਿਰੇਦੰਦੇ ਹੋਏ ਪਿੰਡ ਅਤੇ ਇਲਾਕੇ ਵਿੱਚ ਵੱਤ ਤੋਂ ਵੱਧ ਰੁਖ ਲਗਾਉਣ ਲਈ ਹੱਲਾਸ਼ੇਰੀ ਦਿੱਤੀ। ਇਹਨਾਂ ਉਦਮਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਯੂਥ ਸਪੋਰਟਸ ਕਲੱਬ ਮਜਾਰਾ ਨੌਅਬਾਦ ਅਧਿ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਕਸਰਤ ਕਰਦੇ ਵਿਹੜੇ ਵਿੱਚ ਕੁਝ ਰੁੱਖ ਆਪਣੇ ਹੱਥੀ ਲਗਾਏ ਅਤੇ ਪਾਣੀ ਪਾ ਕੇ ਇਹਨਾਂ ਦਰਖਤਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਸੰਤਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਰਸੋਖਾਨਾ ਵਿਖੇ ਪਹੁੰਚਣ ਤੇ ਸਰਦਾਰ ਚਰਨ ਸਿੰਘ ਗਿੱਲ ਅਤੇ ਪ੍ਰਬੰਧਕਾਂ ਵੱਲੋਂ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਬੜਾ ਮਾਨ ਸਤਕਾਰ ਕੀਤਾ ਗਿਆ। ਸੰਤਨ ਰਾਜਾ ਨਾਭਕਵਲ ਜੀ ਦੀ ਯਾਦ ਵਿੱਚ ਉਸਾਰੇ ਜਾ ਰਹੇ ਬਿਰਧ ਆਸ਼ਰਮ ਵਿਖੇ ਪਹੁੰਚ ਕੇ ਅੰਗਹੀੜਤਾ ਜਾਂ ਆਰਥਿਕ ਤੰਗੀਆਂ ਦੇ ਸ਼ਿਕਾਰ ਉਹ ਲੋਕ ਜੋ ਇੱਥੇ ਆਰਾਮਦਾਇਕ ਜੀਵਨ ਬਸਰ ਕਰ ਰਹੇ ਹਨ। ਸਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਕੁਝ ਸਮਾਂ ਗੁਜ਼ਾਰਿਆ ਅਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਅਤੇ ਮੁੱਖ ਸਹੂਲਤਾਂ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਵਿਰਧ ਆਸ਼ਰਮ ਵਿਖੇ ਆਪਣੇ ਸਾਥੀਆਂ ਨਾਲ ਸਕੂਨ ਦੀ ਜ਼ਿੰਦਗੀ ਬਸਰ ਕਰ ਰਹੇ ਇੱਕ ਨੇਤਰੀਨ ਵਿਅਕਤੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਰਧ ਆਸ਼ਰਮ ਦੇ ਸੁਚੱਜੇ ਪ੍ਰਬੰਧਾਂ ਦਾ ਖੁਲਾਸਾ ਕੀਤਾ। ਮੈਂ ਬਹੁਤ 3-4 ਮਹੀਨੇ ਤੋਂ ਵਿਰਧ ਆਸ਼ਰਮ ਚ ਵਿੱਚ ਰਹਿ ਰਿਹਾ ਹਾਂ ਜੋ ਕਿ ਸਾਡੀ ਇੱਥੇ ਪੂਰੀ ਦੇਖਭਾਲ ਕੀਤੀ ਜਾਂਦੀ ਹੈ। ਤਾਂ ਜੋ ਜੋ ਸੇਵਾਦਾਰ ਸਾਨੂੰ ਘਰ ਨਾਲੋਂ ਇੱਥੇ ਚੰਗੀਆਂ ਸਹੂਲਤਾਂ ਵਾਂ ਤੋਂ ਜੀ ਇੱਥੇ ਸੇਵਾਦਾਰ ਕਮੇਟੀ ਬਹੁਤ ਵਧੀਆ ਹੈ ਕਮੇਟੀ ਵਾਲਿਆਂ ਨੇ ਸੇਵਾਦਾਰ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਬਿਰਧ ਆਸ਼ਰਮ ਦੇ ਵਿੱਚ ਰਾਜਾ ਸਾਹਿਬ ਦੇ ਜਾਂ ਹਰ ਕਦ ਇੱਥੇ ਹਨ ਸਹੂਲਤ ਦਿੱਤੀ ਜਾਂਦੀ ਐ ਅਸੀਂ ਨੇਤਰੀਣ ਬਿਰਧ ਆਸ਼ਰਮ ਦੇ ਵਿੱਚ ਰਹਿ ਰਹੇ ਆਂ ਤਿੰਨ ਚਾਰ ਮਹੀਨਿਆਂ ਤੋਂ ਰਹਿ ਰਹੇ ਆਂ ਬਹੁਤ ਵਧੀਆ ਇੱਥੇ ਦੇਖਭਾਲ ਕੀਤੀ ਜਾਂਦੀ ਐ ਤੇ ਰਾਜਾ ਸਾਹਿਬ ਦੇ ਆਸ਼ਰਮ ਦੇ ਵਿੱਚ ਅਸੀਂ ਹਰ ਕ ਸਹੂਲਤ ਇੱਥੋਂ ਹਨ ਮਿਲਦੀ ਐ ਲੀੜਾ ਕਪੜਾ ਦਵਾਈ ਦਾਰੂ ਹੋਰ ਜੋ ਕਿ ਅਸੀਂ ਬਾਹਰ ਜਾਂਦੇ ਆਂ ਪੋਸਟਾਂ ਭਰਦੇ ਆਂ ਨੇਤਰੀਣਾਂ ਦੀਆਂ ਨਿਕਲਦੀਆਂ ਸਾਡੀਆਂ ਉੱਥੇ ਸਾਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਬਾਕੀ ਜੋ ਸਾਡਾ ਕਰਾਇਆ ਪੜਾ ਸਾਨੂੰ ਇੱਥੇ ਕਮੇਟੀ ਸਾਡਾ ਸੰਯੋਗ ਕਰਦੀ ਹੈ ਤੇ ਕਮੇਟੀ ਵਾਲਿਆਂ ਨੇ ਸੇਵਾਦਾਰ ਬਹੁਤ ਵਧੀਆ ਇੱਥੇ ਸਾਡੇ ਲਈ ਪ੍ਰਬੰਧ ਕੀਤਾ ਹੋਇਆ ਹੈ ਬਿਰਧ ਆਸ਼ਰਮ ਪ੍ਰਬੰਧਕ ਕਮੇਟੀ ਜਥੇਦਾਰ ਬਲਵੰਤ ਸਿੰਘ ਜੀ ਦੀ ਅਗਵਾਈ ਹੇਠ ਦਿਨ ਰਾਤ ਦੀਨ ਦੁਖਿਆਂ ਦੀ ਸੇਵਾ ਸੰਭਾਲ ਕਰ ਰਹੀ ਹੈ ਅਤੇ ਉਹਨਾਂ ਦੇ ਦੁੱਖ ਸੁੱਖ ਵਿੱਚ ਬਰਾਬਰ ਦੀ ਭਾਈਵਾਲ ਬਣਦੀ ਹੈ ਜਿਸ ਲਈ ਸਰਦਾਰ ਰਾਮ ਸਿੰਘ ਪਰੋ ਮਾਜਰਾ ਸਰਦਾਰ ਅਮਰਜੀਤ ਸਿੰਘ ਤਲਵੰਡੀ ਜੱਟਾ ਸਰਦਾਰ ਚਲਮਣ ਸਿੰਘ ਚੁਲਾ ਮਾਜਰਾ ਸਰਦਾਰ ਜੁਗਿੰਦਰ ਸਿੰਘ ਅਤੇ ਮਾਸਟਰ ਗਿਆਨ ਚੰਦ ਜੀ ਵਧਾਈ ਦੇ ਪਾਤਰ ਹਨ ਬਿਰਧ ਆਸ਼ਰਮ ਵਿਖੇ ਵੱਡੀ ਸੰਖਿਆ ਵਿੱਚ ਰਾਜਾ ਸਾਹਿਬ ਵਿਦੇਸ਼ਰਤਾ ਲੂ ਰੋਜ਼ਾਨਾ ਹਾਜ਼ਰੀ ਪਰਦੇ ਹਨ ਜਿੱਨਾਂ ਲਈ ਬਾਬੇ ਨਾਨਕ ਦਾ ਖੁੱਲਾ ਲੰਗਰ ਹਰ ਵਕਤ ਵਰਤਾਇਆ ਜਾਂਦਾ ਹੈ ਐਸਰਤਾਲੂ ਬਿਰਦ ਆਸ਼ਰਮ ਵਿਖੇ ਪਹੁੰਚ ਕੇ ਜਿੱਥੇ ਰਾਜਾ ਨਾਗ ਕਵਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਉਥੇ ਲੋੜਵੰਦਾਂ ਲਈ ਮਾਲੀ ਸਹਾਇਤਾ ਕਰਕੇ ਧਰਮ ਕਾਰਜ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ ਰਾਜਾ ਸਾਹਿਬ ਜੀ ਦੀ ਅਪਾਰ ਕਿਰਪਾ ਦੁਆਰਾ ਸੰਗਤ ਦੇ ਸਹਿਯੋਗ ਸਦਕਾ ਇਹ ਬਿਰਦ ਆਸ਼ਰਮ ਨਿਥਾਵਿਆਂ ਨਹੀਂ ਥਾ ਅਤਿ ਨਿਆਸਰੇ ਲਈ ਆਸਰੇ ਵਰਗਾ ਸਾਬਤ ਹੋ ਰਿਹਾ ਹੈ ਬਿਰਦ ਆਸ਼ਰਮ ਦੇ ਮੁੱਖ ਸੇਵਾਦਾਰ ਜਥੇਦਾਰ ਬਲਵੰਤ ਸਿੰਘ ਜੀ ਨੇ ਕਰ ਸੇਵਾ ਖਾ ਮਹਿਵਾ ਦੇ ਅਨਮੋਲ ਵਚਨ ਦੀ ਪ੍ਰੋੜਤਾ ਕਰਦੇ ਹੈ ਕਿਹਾ ਕਿ ਗੁਰੂ ਕੀ ਸਾਜਿਸ਼ ਨਵਾਜੇ ਸਮੂਹ ਸਾਧ ਸੰਗਤ ਜਿਉ ਇਹ ਤਾਂ ਸਤਾਨ ਸ਼੍ਰੀ ਨਾਮ ਕਮ ਰਾਜਾ ਸਾਹਿਬ ਜੀ ਦਾ ਅਸਥਾਨ ਹੈ ਫਤੂਆਣਾ ਬਿਰਦਾ Ashram ਇੱਥੇ ਬਿਰਦਾ Ashram ਚੱਲ ਰਿਹਾ ਹੈ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ ਆਰ ਆ ਵੀਰ ਤੇ ਸਾਰੀਆਂ ਦੇਸ਼ ਆਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਆਸ਼ਰਮ ਇਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਸੰਗਤਾਂ ਰਹਿ ਨੇ ਉਹਨਾਂ ਦੀ ਸੇਵਾ ਕਰ ਰਹੇ ਹਨ ਇੱਥੇ ਸਾਧੂ ਕੋਲ ਇਸ ਵੇਲੇ ਨਿੱਤਰ ਵੀ ਹੀਣ ਵੀ ਹਨ ਤੇ ਬੱਚੇ ਵੀ ਹਨ ਤੇ ਹੋਰ ਬਜ਼ੁਰਗ ਵੀ ਹਨ ਵੀ ਪੱਤੇ ਇੱਥੇ ਬਜ਼ੁਰਗ ਐਸਵੇਲੇ ਰਹਿ ਰਹੇ ਹਨ ਅਸੀਂ ਬਹੁਤ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਐਨ ਆਰ ਆਈ ਵੀ ਰਹਿਤੇ ਦੇਸ਼-ਵਿਦੇਸ਼ਾਂ ਦੇ ਸੰਗਤਾਂ ਬੜਾ ਸਾਡੇ ਨਾਲ ਸਹਿਯੋਗ ਦੇ ਦੀਆਂ ਸਰਦਾਰ ਗੁਰਚਰਨ ਸਿੰਘ ਜੀ ਸ਼ੇਰਗਿੱਲ ਯੂ ਐਸ ਏ ਤੋਂ ਇਹਨਾਂ ਨੇ ਸਾਡੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਚੱਲੇ ਹਨ ਅਸੀਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਰਦੇ ਹਾਂ ਵੱਡੀ ਸੰਖਿਆ ਵਿੱਚ ਪਹੁੰਚੀ ਸੰਗਤ ਨੇ ਪਵਿਕ ਵਿੱਚ ਹਰ ਖੁਸ਼ੀ ਜਾਂ ਗਮੀ ਦੇ ਸਮਾਗਮ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਦਰਖਤ ਲਾਉਣ ਦਾ ਵਚਨ ਦਿੱਤਾ ਤਾਂ ਕਿ ਜੀਵਨ ਦੇ ਸਾਡੇ ਸੰਵਿਧਾਨਿਕ ਹੱਕ ਨੂੰ ਜੀਵਤ ਰੱਖਿਆ ਜਾ ਸਕੇ ਇਸ ਸਮੇਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਹਾਜ਼ਰ ਸਨ ਤੰਤਨ ਰਾਜਾ ਨਾਭ ਕਵਲ ਜੀ ਦੀ ਯਾਦ ਵਿੱਚ ਉਸਰੇ ਵਕ ਵਕ ਪਾਵਨ ਸਥਾਨਾਂ ਤੇ ਹੋ ਰਹੇ ਧਰਮ ਕਾਰਜਾਂ ਤੇ ਆਪਣੀ ਖੁਸ਼ੀ ਅਤੇ ਤਸੱਲੀ ਦਾ ਇਜ਼ਹਾਰ ਕਰਦੇ ਹੋਏ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਸਾਹਿਬ ਸਾਹਿਬ ਦੇ ਪੁੱਤਰ ਸਥਾਨ ਤੇ ਦੇਖਿਆ ਕਿ ਕਿਸ ਤਰ੍ਹਾਂ ਇਨਾਂ ਨੇ ਇੱਕ ਤਾਂ ਪਿੰਡ ਵਿੱਚ ਸ਼ਿਵਰੇਜ ਸਿਸਟਮ ਬਾਉਣ ਦੀ ਗੱਲ ਕੀਤੀ ਹੈ ਤੇ ਉਹਦੇ ਨਾਲ ਨਾਲ ਕਿ ਗੰਦਾ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਇਨਾਂ ਦੇ ਪਿੰਡ ਵਿੱਚ ਬਿਰਦਾ ਆਸ਼ਰਮ ਵੱਖ-ਵੱਖ ਤੀਜਾ ਸਕੀਮਾਂ ਚੱਲਦੀਆਂ ਸੋ ਇਹ ਮਹਾਂਪੁਰਸਾਂ ਦੇ ਸਥਾਨ ਜੋ ਹੁੰਦੇ ਆ ਇਹ ਸਰਬੱਤ ਦੇ ਭਲੇ ਵਾਸਤੇ ਹੁੰਦੇ ਆ ਤੇ ਇਥੋਂ ਜਿਹੜਾ ਹੈ ਜਿੱਥੇ ਆਤਮਿਕ ਕ੍ਰੋਸ਼ਣੀ ਮਿਲਦੀ ਹੈ ਉੱਥੇ ਨਾਲ ਨਾਲ ਇਹ ਇਥੋਂ ਸਾਡੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਸਾਡੀ ਇਸ ਸਮਾਜ ਦੀ ਲੋੜਾ ਹੈ ਪਰ ਹਤਿਆ, ਭ੍ਰਸ਼ਟਾਚਾਰ ਸਾਡੇ ਸਮਾਜ ਦੇ ਵਿੱਚ ਵਾਤਾਵਰਣ ਦਾ ਪ੍ਰਦੂਸ਼ਣ ਸਮਾਜਿਕ ਕ੍ਰਿਤਿਆ, ਸਮਾਜਿਕ ਬਰਾਈਆਂ ਜਿਹੜੀਆਂ ਹੈ ਉਹ ਐਮ ਆਸਥਾਨ ਤੇ ਪਹੁੰਚ ਗਈਆਂ ਸੋ ਸਾਨੂੰ ਲੋੜ ਆ ਕੇ ਸਾਰੇ ਧਰਮਕ ਲੋਕ ਸਾਰੇ ਸਮਾਜ ਸਤਾਰ ਕੇ ਸਾਰੇ ਸਮਾਜ ਸਿਵ ਇਕੱਠੇ ਹੋ ਕੇ ਜੇ ਇਸ ਪਾਸੇ ਚੱਲਣ ਤੇ ਬਹੁਤ ਕੁਝ ਜਿਹੜਾ ਹੈ ਬਦਲਿਆ ਜਾ ਸਕਦਾ। ਹਾਜ਼ਰੀਨ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਨਾਲ ਯਾਦਗਾਰੀ ਫੋਟੋ ਖਿਚਵਾਈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਪ੍ਰੇਰਣਾ ਮਿਲਦੀ ਰਹੇ। ਸਮੂਹਜੇ ਪ੍ਰੋਗਰਾਮ ਨੂੰ ਸਿਮੇਟ ਦਿਆਂ ਪਵਿੱਕ ਦੀ ਚਿੰਤਾ ਅਤੇ ਅੱਜ ਦੇ ਸਮਾਗਮ ਤੋਂ ਮਿਲੀ ਹੱਲਾਸ਼ੇਰੀ ਨੂੰ ਸਕਾਰ ਕਰਨ ਦੇ ਉਪਰਾਲਿਆਂ ਸੰਬੰਧੀ ਗੁਰੂ ਘਰ ਦੇ ਸੇਵਕ ਸਰਦਾਰ ਚਰਨ ਸਿੰਘ ਗਿੱਲ ਹੋਰਾਂ ਨੇ ਸਾਡੇ ਪ੍ਰਤੀਨਿਧੀ ਸਰਦਾਰ ਅਵਤਾਰ ਸਿੰਘ ਗੋਵਿੰਦਪੁਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸੀ ਪੰਜਾਬਾ ਸਾਡਾ ਵਿਰਸਾ ਸੀ ਕਿ ਸਾਡਾ ਹਰਿਆ ਭਰਿਆ ਪੰਜਾਬ ਜਿਹਨੂੰ ਆਪਾਂ ਕਹਿੰਦੇ ਸੀ ਉਹਨੂੰ ਮੁੜ ਕੇ ਅਸੀਂ ਪਾ ਉਸ ਲੈਵਲ ਤੇ ਲਿਆਉਣਾ ਆ ਇਹ ਘਰ ਘਰ ਜੀਓ ਜੀ ਪਿੰਡ ਪਿੰਡ ਦੇ ਵਿੱਚ ਇਹ ਆਵਾਜ਼ ਜਿਹੜੀ ਆ ਉਹ ਅਗਰ ਸਾਰੇ ਅਸੀਂ ਚੁੱਕ ਲਈਏ ਬੀੜਾ ਚੁੱਕ ਲਈਏ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਮੁੜ ਕੇ ਪੰਜਾਬ ਉਹ ਅੱਜ ਤੋਂ ਜੋ 50 60 ਸਾਲ ਜਾਂ 100 ਸਾਲ ਹਵਾ ਉਹ ਸੀ ਉਹ ਅਸੀਂ ਅਮਰਤੇ ਦੇਣਾ ਹੈਗਾ ਇਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ ਨਾ ਪਵਨ ਗੁਰ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਜਿਹੜਾ ਉਹਨਾਂ ਦਾ ਵਾਕ ਸੀ ਇਹਨੂੰ ਆਪਾਂ ਸ਼ੁੱਧ ਕਰਨਾ ਹੈ ਜਿਹੜੀ ਪਵਨ ਉਹ ਸਾਡਾ ਗੁਰੂ ਹੈ ਜਿਹੜਾ ਪਾਣੀ ਹੈ ਸਾਡਾ ਪਿਤਾ ਹੈ ਅਸੀਂ ਇਹ ਮੁੱਖ ਰੱਖ ਕੇ ਅਸੀਂ ਇਹ ਆਪਾਂ ਕੋਸ਼ਿਸ਼ ਰੰਭ ਕਰਨੀ ਆ ਜਿਹਦਾ ਵੀ ਕੋਈ ਯੋਗਦਾਨ ਪਾ ਸਕਦੇ ਆ ਕੋਈ ਪੈਸੇ ਨਾਲ ਯੋਗਦਾਨ ਨਹੀਂ ਪਾ ਸਕਦਾ ਉਹ ਤਨੋਂ ਯੋਗਦਾਨ ਪਾਵੇ ਜਿਹੜਾ ਪੈਸੇ ਨਾਲ ਪਾ ਸਕਦਾ ਜਰੂਰ ਪੈਸਾ ਤਿਲਫਲ ਪਾਵੇ ਇਹ ਸਭ ਤੋਂ ਵੱਡਾ ਦਾਨ ਹੈ ਜੇ ਅਨ ਦਾਨ ਕਿਹਾ ਜਾਂਦਾ ਅਨ ਦਾਨ ਵੀ ਬਹੁਤ ਵੱਡਾ ਦਾਨ ਹੈ ਇਹ ਜਿਹੜਾ ਅਸੀਂ ਹਵਾ ਵੀ ਦੇਣੀ ਆ ਪਾਣੀ ਵੀ ਆ ਇਹ ਵੀ ਉਹਦੇ ਵਿੱਚ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾਂ ਪਾਇਆ ਕਿਰ ਤਾਂ ਪੂਆ ਪਾਗ ਪਵਿੱਤ ਮਹਾਰਾਜ ਨੇ ਕਿਹਾ ਉਹ ਜਿਹੜਾ ਆ ਪਵਿੱਤਰ ਹੁੰਦਾ ਸੋ ਇਸ ਗੱਲਾਂ ਨੂੰ ਆਪਾਂ ਮੁੱਖ ਰੱਖਦੇ ਹੋਏ ਆਪਾਂ ਇਹ ਥੋੜੀ ਬਹੁਤੀ ਜਿੰਨੀ ਵੀ ਆਪਾਂ ਐਫਰਟਸ ਕਰ ਸਕਦੇ ਆ ਸਾਨੂੰ ਜ਼ਰੂਰ ਕਰਨੀ ਚਾਹੀਦੀ ਆ ਇਹ ਇੱਕ ਗੁਰੂ ਦੀ ਆਪਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਿਸ਼ਨ ਉਹ ਤੁਹਾਨੂੰ ਦੇ ਗਿਆ ਸੀ ਉਹਨੂੰ ਆਪਾਂ ਅੱਗੇ ਚਲਾਉਣਾ ਆ ਰਲ ਮਿਲ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਪਿੰਡ ਦੇ ਵਿੱਚ ਅੱਜ ਸਰਦਾਰ ਬਲਬੀਰ ਸਿੰਘ ਜੀ ਮਹਾਂਪੁਰਖ ਜਿਹੜੇ ਸੀਚੇ ਵਾਲੇ ਉਹ ਆਏ ਉਹਨਾਂ ਨੇ ਆਣ ਕੇ ਇੱਥੇ ਪlant ਵੀ ਲਾਏ ਆ ਔਰ ਹੋਰ ਸੰਗਤਾਂ ਨੂੰ ਵੀ ਉਪਦੇਸ਼ ਦਿੱਤਾ